ਨਦੀ ਦੇ ਤੇਜ਼ ਵਹਾਅ ਦੇ ਵਿੱਚ 6 ਅਨਮੋਲ ਜ਼ਿੰਦਗੀਆਂ ਫਸ ਗਈਆਂ ਨੇ। ਤਾਂ ਦੱਸ ਦਈਏ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਜਿੱਥੇ ਲਗਾਤਾਰ ਗਰਮੀ ਪੈ ਰਹੀ ਹੈ, ਉੱਥੇ ਹੀ ਲੋਕ ਜੋ ਨੇ ਉਹ ਠੰਡਕ ਦਾ ਅਹਿਸਾਸ ਲੈਣ ਦੇ ਲਈ ਪਹਾੜਾਂ ਦੇ ਵੱਲ ਕੂਚ ਕਰਦੇ ਨੇ, ਅਤੇ ਕਈ ਵਾਰ ਉਹਨਾਂ ਦੇ ਵੱਲੋਂ ਜਦੋਂ ਕਿਸੇ ਨਦੀ ਦੇ ਵਿੱਚ ਉਤਰ ਜਾਂਦੇ ਨੇ ਪਾਣੀ ਘੱਟ ਦੇ ਕੇ, ਤਾਂ ਇਹ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਵੀ ਭਾਰੀ ਪੈ ਜਾਂਦਾ। ਜੀ ਹਾਂ, ਦੱਸ ਦਈਏ ਕਿ ਇੱਥੇ ਵੀ ਕੁਝ ਇਸੇ ਤਰੀਕੇ ਦਾ ਹੋਇਆ। ਪਹਿਲਾਂ ਨਦੀ ਦੇ ਵਿੱਚ ਸੈਲਾਨੀਆਂ ਨੇ ਦੇਖਿਆ ਕਿ ਪਾਣੀ ਬਹੁਤ ਘੱਟ ਹੈ, ਉਹ ਫੋਟੋ ਕਰਾਉਣ ਦੇ ਲਈ ਜਦੋਂ ਨਦੀ ਦੇ ਵਿੱਚ ਗਏ ਤਾਂ ਅਚਾਨਕ ਹੀ ਪਾਣੀ ਦਾ ਵਹਾਅ ਕਾਫੀ ਜ਼ਿਆਦਾ ਤੇਜ਼ ਹੋ ਗਿਆ, ਜਿਸ ਤੋਂ ਬਾਅਦ 6 ਅਨਮੋਲ ਜ਼ਿੰਦਗੀਆਂ ਇਸ ਪਾਣੀ ਦੇ ਵਿਚਕਾਰ ਹੀ ਫਸ ਗਈਆਂ। ਹਾਲਾਂਕਿ ਗਨੀਮਤ ਰਹੀ ਕਿ ਪ੍ਰਸ਼ਾਸਨ ਦੀ ਟੀਮ ਮੌਕੇ ਦੇ ਉੱਤੇ ਪਹੁੰਚੀ ਅਤੇ ਇਹਨਾਂ ਨੂੰ ਰੈਸਕਿਊ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ। ਤਾਂ ਦੱਸ ਦਈਏ ਕਿ ਤਸਵੀਰਾਂ ਹਿਮਾਚਲ ਦੇ ਕਾਂਗੜਾ ਤੋਂ ਸਾਹਮਣੇ ਆਈਆਂ ਨੇ। ਬਨੇਰ ਖੱਡ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਸਾਰੇ ਹੀ ਸੈਲਾਨੀ ਫੋਟੋਆਂ ਖਿਚਾਉਣ ਦੇ ਲਈ ਉਤਰੇ ਸੀ, ਅਤੇ ਅਚਾਨਕ ਹੀ ਪਾਣੀ ਦਾ ਪ੍ਰੈਸ਼ਰ ਜੋ ਹੈ ਕਾਫੀ ਜ਼ਿਆਦਾ ਵੱਧ ਜਾਂਦਾ ਹੈ, ਅਤੇ ਤੇਜ਼ ਵਹਾਅ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਫਸ ਜਾਂਦੀ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ ਮੋਰਚਾ ਸਾਂਭਦਾ, ਗੋਤਾਖੋਰਾਂ ਨੂੰ ਬੁਲਾਇਆ ਜਾਂਦਾ ਹੈ, ਰੈਸਕਿਊ ਟੀਮਾਂ ਮੌਕੇ ਦੇ ਉੱਤੇ ਤੈਨਾਤ ਕੀਤੀਆਂ ਜਾਂਦੀਆਂ ਨੇ, ਅਤੇ ਰੱਸਾ ਪਾ ਕੇ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ। ਗਨੀਮਤ ਰਹੀ ਹੈ ਕਿ ਕਿਸੇ ਦੀ ਵੀ ਜਾਨ ਨਹੀਂ ਗਈ ਹੈ, ਕੋਈ ਵੀ ਵੱਡਾ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ, ਪਰ ਜੇਕਰ ਪ੍ਰਸ਼ਾਸਨ ਨਾ ਆਉਂਦਾ ਤਾਂ ਇੱਥੇ ਕੋਈ ਨਾ ਕੋਈ ਅਣਸੁਖਾਵੀ ਘਟਨਾ ਵੀ ਵਾਪਰ ਸਕਦੀ ਸੀ। ਤਾਂ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਅਨਾਊਂਸਮੈਂਟ ਵੀ ਕੀਤੀ ਗਈ ਕਿ ਉਹ ਨਦੀਆਂ ਨਾਲਿਆਂ ਤੋਂ ਦੂਰ ਰਹਿਣ, ਕਿਉਂਕਿ ਸੈਲਾਨੀ ਅਕਸਰ ਹੀ ਪਾਣੀ ਘੱਟ ਦੇਖ ਕੇ ਨਦੀਆਂ ਦੇ ਵਿੱਚ ਉਤਰ ਜਾਂਦੇ ਨੇ ਫੋਟੋਆਂ ਖਿਚਾਉਣ ਦੇ ਲਈ, ਪਰ ਕਈ ਵਾਰ ਉਹਨਾਂ ਦਾ ਇਹ ਫੈਸਲਾ ਉਹਨਾਂ ਦੀ ਹੀ ਜ਼ਿੰਦਗੀ ਦੇ ਉੱਤੇ ਭਾਰੀ ਪੈ ਜਾਂਦਾ ਹੈ, ਕਿਉਂਕਿ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਠੀਕ ਬਿਲਕੁਲ ਉਸੇ ਤਰੀਕੇ ਦੇ ਨਾਲ ਇਹ ਫੈਸਲਾ ਇਹਨਾਂ ਦੀ ਜ਼ਿੰਦਗੀ 'ਤੇ ਭਾਰੀ ਪਿਆ, ਪਰ ਇਹਨਾਂ ਦੇ ਲਈ ਪੁਲਿਸ ਪ੍ਰਸ਼ਾਸਨ ਜੋ ਹੈ ਉਹ ਰੱਬ ਬਣ ਕੇ ਪਹੁੰਚਿਆ, ਅਤੇ ਇਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚੋਂ ਦੀ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ। ਨਦੀ ਦੇ ਤੇਜ਼ ਵਹਾਅ ਦੇ ਵਿੱਚ 6 ਅਨਮੋਲ ਜ਼ਿੰਦਗੀਆਂ ਫਸ ਗਈਆਂ ਨੇ। ਤਾਂ ਦੱਸ ਦਈਏ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਜਿੱਥੇ ਲਗਾਤਾਰ ਗਰਮੀ ਪੈ ਰਹੀ ਹੈ, ਉੱਥੇ ਹੀ ਲੋਕ ਜੋ ਨੇ ਉਹ ਠੰਡਕ ਦਾ ਅਹਿਸਾਸ ਲੈਣ ਦੇ ਲਈ ਪਹਾੜਾਂ ਦੇ ਵੱਲ ਕੂਚ ਕਰਦੇ ਨੇ, ਅਤੇ ਕਈ ਵਾਰ ਉਹਨਾਂ ਦੇ ਵੱਲੋਂ ਜਦੋਂ ਕਿਸੇ ਨਦੀ ਦੇ ਵਿੱਚ ਉਤਰ ਜਾਂਦੇ ਨੇ ਪਾਣੀ ਘੱਟ ਦੇ ਕੇ, ਤਾਂ ਇਹ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਵੀ ਭਾਰੀ ਪੈ ਜਾਂਦਾ। ਜੀ ਹਾਂ, ਦੱਸ ਦਈਏ ਕਿ ਇੱਥੇ ਵੀ ਕੁਝ ਇਸੇ ਤਰੀਕੇ ਦਾ ਹੋਇਆ। ਪਹਿਲਾਂ ਨਦੀ ਦੇ ਵਿੱਚ ਸੈਲਾਨੀਆਂ ਨੇ ਦੇਖਿਆ ਕਿ ਪਾਣੀ ਬਹੁਤ ਘੱਟ ਹੈ, ਉਹ ਫੋਟੋ ਕਰਾਉਣ ਦੇ ਲਈ ਜਦੋਂ ਨਦੀ ਦੇ ਵਿੱਚ ਗਏ ਤਾਂ ਅਚਾਨਕ ਹੀ ਪਾਣੀ ਦਾ ਵਹਾਅ ਕਾਫੀ ਜ਼ਿਆਦਾ ਤੇਜ਼ ਹੋ ਗਿਆ, ਜਿਸ ਤੋਂ ਬਾਅਦ 6 ਅਨਮੋਲ ਜ਼ਿੰਦਗੀਆਂ ਇਸ ਪਾਣੀ ਦੇ ਵਿਚਕਾਰ ਹੀ ਫਸ ਗਈਆਂ। ਹਾਲਾਂਕਿ ਗਨੀਮਤ ਰਹੀ ਕਿ ਪ੍ਰਸ਼ਾਸਨ ਦੀ ਟੀਮ ਮੌਕੇ ਦੇ ਉੱਤੇ ਪਹੁੰਚੀ ਅਤੇ ਇਹਨਾਂ ਨੂੰ ਰੈਸਕਿਊ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ। ਤਾਂ ਦੱਸ ਦਈਏ ਕਿ ਤਸਵੀਰਾਂ ਹਿਮਾਚਲ ਦੇ ਕਾਂਗੜਾ ਤੋਂ ਸਾਹਮਣੇ ਆਈਆਂ ਨੇ। ਬਨੇਰ ਖੱਡ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਸਾਰੇ ਹੀ ਸੈਲਾਨੀ ਫੋਟੋਆਂ ਖਿਚਾਉਣ ਦੇ ਲਈ ਉਤਰੇ ਸੀ, ਅਤੇ ਅਚਾਨਕ ਹੀ ਪਾਣੀ ਦਾ ਪ੍ਰੈਸ਼ਰ ਜੋ ਹੈ ਕਾਫੀ ਜ਼ਿਆਦਾ ਵੱਧ ਜਾਂਦਾ ਹੈ, ਅਤੇ ਤੇਜ਼ ਵਹਾਅ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਫਸ ਜਾਂਦੀ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ ਮੋਰਚਾ ਸਾਂਭਦਾ, ਗੋਤਾਖੋਰਾਂ ਨੂੰ ਬੁਲਾਇਆ ਜਾਂਦਾ ਹੈ, ਰੈਸਕਿਊ ਟੀਮਾਂ ਮੌਕੇ ਦੇ ਉੱਤੇ ਤੈਨਾਤ ਕੀਤੀਆਂ ਜਾਂਦੀਆਂ ਨੇ, ਅਤੇ ਰੱਸਾ ਪਾ ਕੇ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ। ਗਨੀਮਤ ਰਹੀ ਹੈ ਕਿ ਕਿਸੇ ਦੀ ਵੀ ਜਾਨ ਨਹੀਂ ਗਈ ਹੈ, ਕੋਈ ਵੀ ਵੱਡਾ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ, ਪਰ ਜੇਕਰ ਪ੍ਰਸ਼ਾਸਨ ਨਾ ਆਉਂਦਾ ਤਾਂ ਇੱਥੇ ਕੋਈ ਨਾ ਕੋਈ ਅਣਸੁਖਾਵੀ ਘਟਨਾ ਵੀ ਵਾਪਰ ਸਕਦੀ ਸੀ। ਤਾਂ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਅਨਾਊਂਸਮੈਂਟ ਵੀ ਕੀਤੀ ਗਈ ਕਿ ਉਹ ਨਦੀਆਂ ਨਾਲਿਆਂ ਤੋਂ ਦੂਰ ਰਹਿਣ, ਕਿਉਂਕਿ ਸੈਲਾਨੀ ਅਕਸਰ ਹੀ ਪਾਣੀ ਘੱਟ ਦੇਖ ਕੇ ਨਦੀਆਂ ਦੇ ਵਿੱਚ ਉਤਰ ਜਾਂਦੇ ਨੇ ਫੋਟੋਆਂ ਖਿਚਾਉਣ ਦੇ ਲਈ, ਪਰ ਕਈ ਵਾਰ ਉਹਨਾਂ ਦਾ ਇਹ ਫੈਸਲਾ ਉਹਨਾਂ ਦੀ ਹੀ ਜ਼ਿੰਦਗੀ ਦੇ ਉੱਤੇ ਭਾਰੀ ਪੈ ਜਾਂਦਾ ਹੈ, ਕਿਉਂਕਿ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ
ਠੀਕ ਬਿਲਕੁਲ ਉਸੇ ਤਰੀਕੇ ਦੇ ਨਾਲ ਇਹ ਫੈਸਲਾ ਇਹਨਾਂ ਦੀ ਜ਼ਿੰਦਗੀ 'ਤੇ ਭਾਰੀ ਪਿਆ, ਪਰ ਇਹਨਾਂ ਦੇ ਲਈ ਪੁਲਿਸ ਪ੍ਰਸ਼ਾਸਨ ਜੋ ਹੈ ਉਹ ਰੱਬ ਬਣ ਕੇ ਪਹੁੰਚਿਆ ਅਤੇ ਇਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚੋਂ ਦੀ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ।